80% ਬੱਚੇ ਜਿਹੜੇ ਆ ਗਰੀਬਾਂ ਦੇ ਇਲਾਜ ਖੁਣੋਂ ਮਰਦੇ ਜਾਂਦੇ, ਉਹਨਾਂ ਕੋਲ 250 ਰੁਪਈਆ ਦਿਹਾੜੀ ਕਰਕੇ ਉਹ ਪਰਿਵਾਰ ਨੂੰ ਰੋਟੀ ਖਵਾਉਣਗੇ ਕਿ ਹਸਪਤਾਲ 'ਚ ਉਹਦਾ ਇਲਾਜ ਕਰਾਉਣਗੇ। ਸਾਨੂੰ ਦੁੱਖ ਹੋਣ ਡਿਆ ਵਾ ਕਿ ਨਾ ਤਾਂ ਗਰੀਬ ਜਨਤਾ ਜਿਹੜੀ ਉਹ ਵੀ ਮਰਨ ਰਹੀ ਆ, ਇਲਾਜ ਖੁਣੋਂ ਮਰੀ ਜਾਂਦੇ ਆ, ਜਿਹੜੇ ਕਿਸਾਨ ਉਹ ਵੀ ਫਾਹ ਲੈ ਲੈ ਮਰੀ ਜਾਂਦੇ, ਅਤੇ ਸਾਨੂੰ ਜਿਹੜੀਆਂ ਖੇਤੀਆਂ ਦਿੱਤੀਆਂ, ਅਸੀਂ ਕਿਸਾਨ ਆ, ਕਿਸਾਨ ਅਸੀਂ ਕੋਈ ਉਹ ਮਤਲਬ ਕੋਈ ਉਹੋ ਜਿਹਾ ਧੰਦਾ ਨਹੀਂ ਮੰਗਦੇ ਵੀ ਸਾਨੂੰ ਵੱਖਰਾ ਦੇ ਦਿਓ, ਕਿਸਾਨ ਆ। ਜੇ 12 ਸੂਬਿਆਂ ਦੇ ਵਿੱਚ ਇੰਡੀਆ ਦੇ ਭਾਰਤ ਦੇ 12 ਸੂਬੇ 12 ਰਾਜ ਮਹਾਰਾਸ਼ਟਰ, MP, ਰਾਜਸਥਾਨ, UP, ਬਾਕੀ ਗਿਣਾਂ ਦੇ ਟਾਈਮ ਥੋੜ੍ਹਾ ਮੇਰੇ ਵੀਰ ਨੇ ਹੋਰ ਨੇ ਵੀ ਲਾਉਣਾ, 12 ਸੂਬੇ ਆ ਪੰਜਾਬ ਨੂੰ ਛੱਡ ਕੇ ਉਹਨਾਂ 'ਚ ਖੇਤੀ ਹੋਣੀ। ਜੇ ਉਹ ਲੋਕ ਨਸ਼ੇੜੀ ਨਹੀਂ ਹੋਏ ਤਾਂ ਕੀ ਗੱਲ, ਸਾਡੇ ਲੋਕ ਪਾਗਲ ਆ। ਸਾਡੀ ਹੋਈ ਸੀ ਕੈਪਟਨ ਸਾਹਿਬ ਨਾਲ ਗੱਲ, ਉਹਨਾਂ ਕਿਹਾ ਤਾਂ ਨਸ਼ੇੜੀ ਕਰ ਦੋਗੇ ਪੰਜਾਬ, ਅਸੀਂ ਆ ਹਲਵਾਈ ਬਰਫੀ ਨਹੀਂ ਖਾਂਦਾ, ਕਦੀ ਹਲਵਾਈ ਬਰਫੀ ਖਾਂਦਾ ਵੇਖਿਆ, ਅਸੀਂ ਹਲਵਾਈ ਅਸੀਂ ਤਿਆਰ ਕਰਨੀ ਆ, ਅਸੀਂ ਨਹੀਂ ਖਾਣੀ, ਅਸੀਂ ਪਾਵਾਂਗੇ ਸਰਕਾਰ ਦੀ ਝੋਲੀ 'ਚ ਪੈਸੇ ਵੱਟਾਂਗੇ, ਅਤੇ ਠੇਕਿਆਂ ਤੋਂ ਜਿਹਨੂੰ ਲੋੜ ਆ ਲੈ ਆਊਗਾ। ਬਾਕੀ ਆ ਕਿੰਨੀ ਸ਼ਰਾਬ ਦੇ ਠੇਕੇ ਕਦੋਂ ਦੇ ਖੁੱਲ੍ਹੇ ਆ, ਅਸੀਂ ਮੈਂ ਤੁਹਾਨੂੰ ਆਪਦਾ ਵਾਅਦਾ ਕੀਤਾ ਵੀ ਅਸੀਂ ਕਦੀ ਸੇਵਨ ਹੀ ਨਹੀਂ ਕੀਤਾ, ਟੇਸਟ ਹੀ ਨਹੀਂ ਵੇਖਿਆ ਸ਼ਰਾਬ ਦਾ, ਅਤੇ ਕੀ ਗੱਲ ਆ ਜਿਹਨੇ ਖਾਣੀ ਆ, ਜਿਹੜੇ ਵਿਚਾਰੇ ਮਰਨ ਡੇ ਟੀਕੇ ਲਾ ਲਾ, ਜਾਂ ਨਹੀਂ ਮਿਲਦਾ ਪਤਾ 150 ਦਾ ਲੈਣ ਡੇ ਵਿਚਾਰੇ, ਉਹਨਾਂ ਦੀ 250 ਦਿਹਾੜੀ ਕਰਨਗੇ ਕੀ, ਉਹ ਪੋਸਟ ਦੇ ਠੇਕੇ ਜਲਦੀ ਖੋਲ੍ਹੇ ਜਾਣ। ਅਕਤੂਬਰ 'ਚ ਸਾਡੀ ਖੇਤੀ ਆਉਣੀ ਆ ਕਣਕ ਦੇ ਨਾਲ, ਉਹ ਸਾਨੂੰ ਹੰਬਲਾ ਮਾਰੋ, ਸਾਨੂੰ ਖੇਤੀ ਦਿੱਤੀ ਜਾਵੇ, ਅਤੇ ਸਾਡੇ ਨਾਲ ਵੀ ਉਹ ਹੱਥ ਜੋੜ ਕੇ ਬੇਨਤੀ ਆ, ਰਾਤ ਨੂੰ ਘਰ ਜਾ ਕੇ ਸੋਚ ਲਿਓ ਜੇ ਵੀ ਇਹ ਸਾਡੇ ਨਾਲ ਜੁੜੋ, ਅਸੀਂ ਮੈਂਬਰ ਬਣਾਉਣੇ, ਪਿੰਡ ਦੇ ਪ੍ਰਧਾਨ ਬਣਾ ਰਹੇ ਹਾਂ, 21 ਦੇ ਤਹਿਸੀਲਾਂ ਦੇ ਪ੍ਰਧਾਨ, ਮੈਂ ਮੀਤ ਪ੍ਰਧਾਨ ਤਰਨ ਤਾਰਨ ਤੋਂ, ਜੇ ਮੇਰੇ ਨਾਲ ਪ੍ਰਧਾਨ ਸਾਹਿਬ ਬੈਠੇ ਆ ਥੱਲੇ, ਉਹਨਾਂ ਨੇ ਚਲੋ ਥੋੜ੍ਹਾ ਟਾਈਮ ਹੋਣ ਕਰਕੇ ਨਹੀਂ ਲਾਉਣਗੇ। ਬਾਕੀ ਇਹ ਸਰਦਾਰ ਸੁਰਜੀਤ ਸਿੰਘ ਪੈਟਰੋਲ ਪੰਪ ਇਹਨਾਂ ਦਾ ਬੈਂਕੇ ਬਲੇਰ ਇਹ ਪੱਟੀ ਤੋਂ ਨੇ, ਇਹ ਵੀ ਵੀਰ ਜਿਹੜੇ ਨੇ ਸਾਡੇ ਬਹੁਤ ਜ਼ਿਆਦਾ ਸੱਜਣ ਆਏ ਨੇ ਨਾਲ, ਪਰ ਸਮੇਂ ਦੀ ਘਾਟ ਕਰਨ ਅਸੀਂ ਥੋੜ੍ਹਾ ਜਿਹਾ ਤਾਂ ਦੇਖੋ ਇੰਨਾ ਕੁ ਸਮਾਂ ਸਾਨੂੰ ਦਿੱਤਾ, ਅਸੀਂ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ। ਬਾਕੀ ਜਿਹੜੀਆਂ ਗੱਲਾਂ ਦੇ ਅਜੇ ਬਹੁਤ 2 ਘੰਟੇ ਨਹੀਂ ਮੁੱਕਣ ਵਾਲੀਆਂ, ਅਤੇ ਤੁਹਾਡਾ ਜਿਹੜਾ ਮਤਲਬ ਸਮਾਂ ਅਸੀਂ ਥੋੜ੍ਹਾ ਲੈਂਦੇ ਹੋਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਗਰੀਬਾਂ ਦਾ ਜਿਹੜੇ ਵਿਚਾਰੇ ਗੋਲੀਆਂ ਖਾ ਕੇ ਆਪਣੀ ਦਿਹਾੜੀ ਦਫਾ ਕਰਦੇ ਸੀ, ਰੋਜੀ ਰੋਟੀ ਕਮਾਉਂਦੇ ਸੀ, ਅਤੇ ਆਪਣਾ ਉਹ ਆਪਣਾ ਘਰ ਤੋੜਦੇ, ਨਸ਼ਾ ਉਹਨਾਂ ਨਾਲ ਬਣ ਗਿਆ, ਟੀਕੇ ਉੱਦਾਂ ਚੱਲਦੇ ਨੇ, ਲਿਆਓ ਇੱਧਰ ਅੰਕੜੇ ਕੱਢੋ, ਮੇਰੇ ਸਾਹਮਣੇ ਕੋਈ ਮੁੱਦਾ ਹੈ ਇੱਥੇ ਬੈਠਾ ਹੈ, ਸਰਕਾਰ ਦਾ ਮੁੱਦਾ ਬੈਠਾ ਹੋਵੇ, ਜਿੱਦਣ ਦਾ ਇਹਨਾਂ ਸਰਕਾਰਾਂ ਨੇ ਦੁਕਾਨਾਂ ਬੰਦ ਕੀਤੀਆਂ ਹੋਣ, ਜਾਂ ਜਿੱਦਣ ਦੀਆਂ ਇਹਨਾਂ ਨੇ ਨਸ਼ੇ ਨੂੰ ਪੂਰੀ ਪਾਬੰਦੀ ਲਾਈ ਹੋਵੇ ਕਿ ਲੋਕ ਮਰਨ ਵੜ ਗਏ ਉੱਦਣ ਦੇ, ਕਿ ਉੱਦਣ ਦੇ ਨੌਜਵਾਨ ਮਰਨ ਵੜ ਗਏ ਆ। ਤਿੰਨ ਹੀ ਚੀਜ਼ਾਂ ਪੰਜਾਬ ਦੇ ਵਿੱਚ ਬਚਾ ਲਈਆਂ ਜਾਣ, ਪਾਣੀ, ਕਿਸਾਨੀ ਅਤੇ ਜਵਾਨੀ। ਪਾਣੀ ਵਾਸਤੇ ਬਹੁਤ ਡੂੰਘਾਈ 'ਚ ਆਪਾਂ ਚਲੇ ਗਏ ਹਾਂ, ਇੱਕ ਮੋਟਰ ਥੱਲੇ ਦੇ ਫਿਰ ਉੱਤੇ, ਜੇ 2 ਮੋਟਰਾਂ ਚਲਾਵਾਂਗੇ ਤਾਂ ਉੱਥੇ ਡੂੰਘਾ ਬੋਰ ਚਾਹੀਦਾ, ਫਿਰ ਆਪਾਂ ਨੂੰ ਮਾਫੀਆਂ ਚਾਹੀਦੀਆਂ, ਫਿਰ ਤੁਹਾਨੂੰ ਕਰਜ਼ਾ ਮਾਫੀ ਚਾਹੀਦੀ ਹੈ। ਅਸੀਂ ਮੰਗਦੇ ਕੱਖ ਨਹੀਂ, ਕਰਜ਼ਾ ਮਾਫ਼ ਕਰਾਉਣਾ ਕੀ ਕਰ ਲਓ, ਅਸੀਂ ਕਾਹਦੇ ਵਾਸਤੇ ਕਰਜ਼ਾ ਮਾਫ਼ ਕਰਾਉਣਾ, ਅਸੀਂ ਬਿਜਲੀ ਦੇ ਬਿੱਲ ਮਾਫ਼ ਕਰਾਉਣੇ ਕਾਹਦੇ ਵਾਸਤੇ ਆ, ਅਸੀਂ ਸ਼ਾਹੂਕਾਰ ਹੋਏ, ਸਾਨੂੰ ਇਹਦੀ ਖੇਤੀ ਕਰਨ ਦੀ ਇਜਾਜ਼ਤ ਦਿਓ, ਕਿਸਾਨ ਦੀ ਖੇਤੀ ਕਰਨ ਦੀ ਇਜਾਜ਼ਤ ਦਿਓ, 10 ਲੱਖ ਰੁਪਈਆ ਸਾਨੂੰ ਕਿੱਲੇ ਦਾ ਵਜੇ, ਅਸੀਂ ਮਰੇਗਾ ਕਿਉਂ। ਜਿਹੜੇ ਜਾਂਦੇ ਘਰ ਦਾਣੇ ਹੈ ਨਹੀਂ ਖਾਣ, ਉਹਦੇ ਸਵੇਰੇ ਉੱਠ ਕੇ ਕੱਪੜੇ ਧੋਣ ਸਾਬਣ ਹੈ ਨਹੀਂ, ਖਾਣ ਵਾਸਤੇ ਰੋਟੀ ਹੈ ਨਹੀਂ, ਦਵਾਈ ਲਾਉਣ ਵਾਸਤੇ ਪੈਸੇ ਹੈ ਨਹੀਂ, ਉਹ ਜਾਊ ਤੂਰੇ ਮਰੂਗਾ, ਉਹ ਕੀ ਕਰੂ, ਚੀਜ਼ ਦੇਣ ਵਾਸਤੇ ਪੈਸੇ ਹੈ ਨਹੀਂ। ਆਓ ਸਾਰੇ ਭਰਾ ਇਸ ਸੈਟੀ ਦਾ ਸਾਥ ਦਿਓ, ਇਹ ਮੇਰੇ ਵੀਰਾਂ ਦਾ ਸਾਥ ਦਿਓ, ਵੈਸੇ ਨਸ਼ਾ ਸਾਰਾ ਮਾੜਾ, ਮੈਂ ਨਹੀਂ ਕਹਿੰਦੇ ਰਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਨਸ਼ਾ ਤਾਂ ਨਾਮ ਦਾ ਚਾਹੀਦਾ ਹੈ, ਰੋਟੀ ਦਾ ਨਸ਼ਾ ਹੀ ਬਹੁਤ ਜ਼ਿਆਦਾ ਹੁੰਦਾ,
ਪਰ ਸਮੇਂ ਦੀ ਮੰਗ ਆ। ਇੱਕ ਬਹੁਤ ਹੀ ਇੱਕ ਭਿਆਨਕ ਜਿਹੜਾ ਨਸ਼ਾ ਲੋਕ ਲਾ ਬੈਠੇ ਆ, ਜਿਹੜੇ ਲਾ ਬੈਠੇ ਮੈਂ ਦਾਅਵੇ ਨਾਲ ਕਹਿ ਸਕਦਾ ਇੱਥੇ ਕੋਈ ਛੱਡ ਨਹੀਂ ਜੇ ਸਕਦਾ। ਮਰ ਜਾਊਗਾ ਨੌਜਵਾਨ ਲੇਕਿਨ ਛੱਡਦਾ ਨਹੀਂ ਜੀ, ਮਰਿਆ ਤਾਂ ਪ੍ਰਾਪਤ ਹੋਊਗਾ ਲੇਕਿਨ ਉਹ ਛੱਡੇਗਾ। ਇਹਨਾਂ ਦਾ ਸਾਥ ਜੋ ਅਫੀਮ ਜਿਹੜੀ ਕਈ ਦਵਾਈਆਂ ਵਿੱਚ ਪੈਂਦੀ, ਮੇਰੇ ਵੀਰ ਕਪੇਰ ਸਿੰਘ ਨੇ ਦੱਸਿਆ ਅਟੈਕ ਇਹ ਨਹੀਂ ਹੁੰਦੇ ਕਿ ਸ਼ੂਗਰ, ਇਹ ਨਹੀਂ ਹੁੰਦੇ ਕਿ ਕੰਮ ਵਾਧੂ ਇਹ ਬੰਦਾ ਕਰੇਗਾ। ਮੇਰਾ ਫਿਰ ਮੈਂ ਸੁਰਸ ਨੂੰ ਬਿਲੋਂਗ ਕਰਦਾ, ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ ਵੀ ਜਦੋਂ ਠੇਕੇ ਹੁੰਦੇ ਸੁਰਸਨ ਦੇ ਵਿੱਚ ਕਿੰਨੇ ਮੁੰਡੇ ਠੇਕੇ ਅਫੀਮ ਖਾਂਦੇ ਹੁੰਦੇ? ਬੜਾ ਚਿਰ ਲੱਗਾ ਰਿਹਾ ਜੀ, ਅੱਧਾ ਘੰਟਾ ਲਾਤਾ ਉਹਨੇ, ਫਲਾਣਾ ਹੀ ਫਲਾਣਾ ਹੀ ਫਲਾਣਾ ਫਲਾਣਾ ਕਰਦਾ ਉਹਨੇ। ਚਾਰ ਗਣੇ ਸੁਰਸਨ ਦੇ ਚਾਰ ਨਸ਼ੇ ਨਹੀਂ ਸੀ, ਜਦੋਂ ਨਸ਼ੇ ਹੁੰਦੇ ਸੀ ਸਾਰੇ ਬੁਰਾ ਪੀ ਖਾਣ ਲੱਪਣਾ, ਲੁਹਾਈ ਕਦੀ ਮਠਿਆਈ ਨਹੀਂ ਖਾਂਦਾ ਮੇਰੇ ਗੱਲ ਵਿੱਚ। ਅੱਛਾ ਆਹ ਵਾਧੂਗਾ, ਇੱਥੇ ਇੱਕ ਮੈਂ ਯਾਦ ਗੱਲ ਦੱਸਣੀ ਚਾਹਾਂਗਾ, ਸਰਕਾਰ ਨੂੰ ਸਭ ਤੋਂ ਵੱਧ ਮਾਲੀਆ ਜੇ ਪ੍ਰਾਪਤ ਹੁੰਦਾ ਜੋ ਆਬਕਾਰੀ ਵਿੱਚ ਹੁੰਦਾ, ਸ਼ਰਾਬ ਦੇ ਵਿੱਚ ਹੁੰਦਾ, ਸਭ ਤੋਂ ਜ਼ਿਆਦਾ ਆਮਦਨ ਸ਼ਰਾਬ ਤੋਂ ਆ। ਹੋਰ ਸਾਰੇ ਕਣਕਾਂ ਨੂੰ ਛੱਡ ਕੇ ਫੀਮ ਨਾਲੇ ਸਰਕਾਰ ਜੱਟ ਨੂੰ ਦੋ ਵੇਚਣ ਵਾਸਤੇ, ਨਾਲੇ ਉੱਤੇ ਆ ਜਿਹੜੇ ਅੱਧੇ ਜਿਹੜੇ ਲੀਡਰ ਆ, ਅੱਧੇ ਜਿਹੜੇ ਅਫਸਰ ਆ, ਰਲੇ ਹੋਏ ਇਸ ਮਾਫੀਏ ਦੇ ਨਾਲ, ਉਹਨਾਂ ਦੀ ਹੀਰਨ ਸਮੈਕ ਦੇ ਚੀਜ਼ੇ ਵੀ ਘੁਲਵਾੜ ਜਾਣਗੇ, ਨਾਲੇ ਸਰਕਾਰ ਨੂੰ ਫਾਇਦਾ ਹੋਵੇਗਾ, ਨਾਲੇ ਜੱਟ ਨੂੰ ਫਾਇਦਾ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।